ਕੀਤਾ ਸੀਗਾ ਫਲਿੱਪਕਾਰਟ ਤੋਂ ਤੇ ਜਿਹਦੀ ਡਿਲੀਵਰੀ ਮੈਨੂੰ 10 ਤਰੀਕ ਨੂੰ ਹੋਣੀ ਸੀ 10 ਤਰੀਕ ਨੂੰ ਡਿਲੀਵਰ ਕਰਨ ਆਏ ਇੱਕ ਲੜਕਾ ਡਿਲੀਵਰੀ ਬੁਆਏ ਤਾਂ ਆਰਡਰ ਮੈਨੇ ਕੀਤਾ ਸੀ ਫਲਿੱਪਕਾਰਟ ਤੋਂ ਤੇ ਆ ਡਿਲੀਵਰੀ ਕੰਪਨੀ ਮਤਲਬ ਸ਼ੈਡੋ ਫੈਕਸ ਹੈ ਜਿਹਦੇ ਰਾਹੀਂ ਡਿਲੀਵਰ ਹੋਇਆ ਤਾਂ ਜਦੋਂ ਮੁੰਡਾ ਮੈਨੂੰ ਇਹ ਪਾਰਸਲ ਦੇਣ ਆਇਆ ਮੈਂ ਉਦੋਂ ਇਹਨੂੰ ਖੋਲਣਾ ਜ਼ਰੂਰੀ ਨਹੀਂ ਸਮਝਿਆ ਚਲੋ ਵੀ ਅੱਗੇ ਵੀ ਆਪਣੇ ਰੈਗੂਲਰ ਪਾਰਸਲ ਆਉਂਦੇ ਨੇ ਕਦੇ ਗਲਤ ਨਹੀਂ ਹੋਇਆ ਹੈਗਾ ਜਦੋਂ ਗਿਆ ਮੇਰਾ ਪਾਰਸਲ ਉਰੇ ਪਿਆ ਸੀ ਵੀਡੀਓ ਮੇਰੀ ਚੱਲ ਰਹੀ ਸੀਗੀ ਕੈਮਰੇ ਦੀ ਜਿਵੇਂ ਆਪਣੇ ਕੋਲ ਲੱਗੇ ਹੋਏ ਨੇ ਕੈਮਰੇ ਲਾਈਵ ਤਾਂ ਜਦੋਂ ਮੈਨੇ ਇਹਨੂੰ ਪਾਰਸਲ ਨੂੰ ਖੋਲਿਆ ਉਦੋਂ ਵਿੱਚੋਂ ਸਾਬਣ ਦੀਆਂ ਟਿੱਕੀਆਂ ਨਿਕਲੀਆਂ ਅੱਗੇ ਮੇਰੇ ਫਲਿੱਪਕਾਰਟ ਤੋਂ ਰੈਗੂਲਰ ਉਹ ਆਉਂਦੇ ਨੇ ਆਪਣੇ ਪਾਰਸਲ ਆਉਂਦੇ ਨੇ ਕਦੇ ਦਿੱਕਤ ਨਹੀਂ ਆਈ ਮੈਨੂੰ ਇਹ ਸ਼ੈਡੋ ਫੈਕਸ ਤੋਂ ਆਇਆ ਸੀ ਮੈਨੂੰ ਪਤਾ ਵੀ ਨਹੀਂ ਸੀ ਸ਼ੈਡੋ ਫੈਕਸ ਇਹਦੀ ਡਿਲੀਵਰੀ ਕੰਪਨੀ ਹੈ ਜਾਂ ਕੋਰੀਅਰ ਦਾ ਇਹਨਾਂ ਦਾ ਆਪਦੇ ਆਪ ਟਾਈ ਅਪ ਹੋਊਗਾ ਕੋਈ ਤੇ ਜਦੋਂ ਮੈਨੇ ਖੋਲਿਆ ਤਾਂ ਨਿਕਲਿਆ ਅੱਜ ਫਿਰ ਉਹੀ ਲੜਕਾ ਮੇਰੇ ਕੋਲ ਦੁਬਾਰਾ ਪਾਰਸਲ ਦੇਣ ਆਇਆ ਸੀਗਾ ਤਾਂ ਮੈਂ ਜੀ ਆਹ ਤੁਹਾਡਾ ਉਦਣ ਇੱਕ ਡਿਲੀਵਰ ਕਰਨਾ ਆਇਆ ਸੀ ਤੁਸੀਂ ਕਰਨਾ ਆਇਆ ਸੀ ਕਹਿੰਦਾ ਹਾਂਜੀ ਮੈਂ ਹੀ ਕਰਨਾ ਆਇਆ ਸੀ ਕਿਉਂਕਿ ਉਹ ਜਦੋਂ ਸਾਬਣ ਨਿਕਲੀ ਆ ਉਹਦੇ ਵਿੱਚੋਂ ਤੇ ਕਹਿੰਦੇ ਸਾਨੂੰ ਤਾਂ ਕੁਛ ਪਤਾ ਨਹੀਂ ਹੈਗਾ ਮੈਂ ਉਸ ਦਿਨ ਦਾ ਘੱਟੋ ਘੱਟ 10 ਵਾਰ ਮੇਲ ਪਾ ਚੁੱਕਿਆ ਕੰਪਨੀ ਨੂੰ ਵੀ ਮੇਰਾ ਸਮਾਧਾਨ ਕੀਤਾ ਜਾਵੇ ਮੈਨੂੰ ਰਿਫੰਡ ਕੀਤਾ ਜਾਵੇ ਕੰਪਨੀ ਵਾਲੇ ਨੇ ਕੀ ਕਿਹਾ ਕੰਪਨੀ ਵਾਲੇ ਕਹਿੰਦੇ ਅੱਜ ਕਰਦੇ ਆ ਕੱਲ ਕਰਦੇ ਆ ਤੁਸੀਂ ਆਈ ਕਾਰਡ ਆਪਦਾ ਆਪਣਾ ਪ੍ਰੂਫ ਭੇਜ ਦਿਓ ਆਧਾਰ ਕਾਰਡ ਭੇਜ ਦਿਓ ਮੈਂ 2 ਵਾਰ ਭੇਜਦਾ ਕਹਿੰਦੇ ਸਾਡੇ ਕੋਲ ਪ੍ਰੂਫ ਨਹੀਂ ਪਹੁੰਚਿਆ ਤੁਹਾਡਾ ਰਿਫੰਡ ਇਸ਼ੂ ਹੋਣ ਦੀ ਡੇਟ ਪਾ ਦੇ ਇਹਨਾਂ ਨੇ ਵੀ 1 ਤਰੀਕ ਨੂੰ ਰਿਫੰਡ ਆ ਜਾਊਗਾ ਫਿਰ ਕੋਈ ਰਿਫੰਡ ਨਹੀਂ ਆਇਆ ਹੈਗਾ ਮੈਨੂੰ ਰਿਫਿਊਜ਼ ਕਰਤਾ ਇਹਨਾਂ ਨੇ ਤੇਰੇ ਕੰਪਨੀ ਨੂੰ ਫੋਨ ਕਰਿਆ ਕਹਿੰਦੇ ਸਾਡਾ ਪਤੀ ਨਹੀਂ ਜੀ ਅੱਜ ਸ਼ੈਡੋ ਫੈਕਸ ਦਾ ਬੰਦਾ ਜਿਹੜਾ ਦੁਬਾਰਾ ਆਇਆ ਸੀ ਉਹੀ ਬੰਦਾ ਦੇਣ ਆਇਆ ਸੀ ਮੈਨੂੰ ਇਹ ਪਾਰਸਲ ਇੱਕ ਹੋਰ ਪਾਰਸਲ ਆਇਆ ਤਾਂ ਮੈਨੇ ਮੈਂ ਕਿਹਾ ਜੀ ਮੈਂ ਪ੍ਰੈਸ ਨੂੰ ਬੁਲਾਉਣਾ ਵੀ ਮੇਰੇ ਨਾਲ ਗਲਤ ਹੋਇਆ ਜਿਹੜਾ ਜਿਹੜਾ ਅੱਜ ਤੁਸੀਂ ਪਾਰਸਲ ਮੰਗਾਇਆ ਉਹ ਠੀਕ ਨਿਕਲਿਆ ਅੱਜ ਵਾਲਾ ਪਾਰਸਲ ਬਿਲਕੁਲ ਸਹੀ ਨਿਕਲਿਆ ਜੀ ਤੇ ਮੈਂ ਇਹਨਾਂ ਦੇ ਕਿਹਾ ਵੀ ਸੀਨੀਅਰ ਨਾਲ ਗੱਲ ਕਰੋ ਕੋਈ ਆਉਣ ਨੂੰ ਤਿਆਰ ਨਹੀਂ ਹੈਗਾ ਜੀ ਅਸੀਂ ਛੁੱਟੀ ਤੇ ਆ ਅਸੀਂ ਐਵੇਂ ਮੈਂ ਕਿਹਾ ਤੁਸੀਂ ਆਪਦੇ ਸੀਨੀਅਰ ਦਾ ਕਿਸੇ ਨਾ ਕਿਸੇ ਦਾ ਨੰਬਰ ਦਿਓ ਕੋਈ ਤਾਂ ਹੋਊਗਾ ਅਸੀਂ ਆਪਦੀ ਚੀਜ਼ ਮੰਗਾ ਲਈ ਸਾਡਾ 8000 ਰੁਪਏ ਦਾ ਪ੍ਰੋਡਕਟ ਸੀਗਾ ਸਾਨੂੰ ਆ ਨਿਕਲੇ ਆ ਆਮ ਬੰਦੇ ਨਾਲ ਕਿੰਨਾ ਹੋਣਦਾ ਅਸੀਂ ਦੁਕਾਨਦਾਰ ਬੰਦੇ ਸਾਡਾ ਨਹੀਂ ਕੋਈ ਹੱਲ ਹੋਊਗਾ ਦੂਸਰੇ ਬੰਦੇ ਸਾਡੇ ਕੋਲ ਸਾਰੇ ਕੈਮਰੇ ਲੱਗੇ ਹੋਏ ਨੇ ਜੀ ਬਾਵਜੂਦ ਇਹਦੇ ਹੱਲ ਨਹੀਂ ਹੋਇਆ ਹੈਗਾ ਘੱਟੋ ਘੱਟ ਮੈਨੂੰ ਲੱਗਦਾ 10 ਤਰੀਕ ਦੀ ਗੱਲ ਆਈ ਅੱਜ ਤੁਸੀਂ ਪੁਲਿਸ ਕੰਪਲੇਂਟ ਕਰਾਈ ਪੁਲਿਸ ਕੰਪਲੇਂਟ ਕਰਾਉਣ ਲੱਗੇ ਸੀ ਉਹ ਕਹਿੰਦੇ ਤੁਹਾਡਾ ਇੱਕ ਹਫਤੇ ਸੌਰੀ 1 ਘੰਟੇ 'ਚ ਹੱਲ ਕਰਾ ਦਿੰਦੇ ਜੇ ਨਾ ਹੋਇਆ ਤਾਂ ਪੁਲਿਸ ਕੰਪਲੇਂਟ ਕਰ ਦਿਓ ਕੀ ਮੰਗ ਕਰਦੇ ਹੋ ਮੰਗੇ ਜੀ ਸਾਡਾ ਸਮਾਧਾਨ ਕੀਤਾ ਜਾਂਦਾ ਹਰ ਇੱਕ ਨੂੰ ਵੀ ਇਹ ਫਰੋਡਗਿਰੀ ਨਾ ਹੋਵੇ ਬੰਦ ਹੋਵੇ ਰੈਗੂਲਰ ਸੁਣਿਆ ਕਦੇ ਕਿਸੇ ਨਾਲ ਹੋਇਆ ਕਦੇ ਕਿਸੇ ਨਾਲ ਹੋ ਗਿਆ ਤੇ ਕਿਸੇ ਦਾ ਕੋਈ ਹੱਲ ਨਹੀਂ ਹੁੰਦਾ ਅਗਲਾ ਚੁੱਪ ਕਰਕੇ ਬਹਿ ਜਾਂਦਾ 10 ਦਿਨ ਮੇਲਾ ਬੰਦ ਰਹਿੰਦਾ ਅਸੀਂ ਤਾਂ ਪੜ੍ਹੇ ਲਿਖੇ ਆ ਵੀ ਅਸੀਂ ਮੇਲ ਪਾਤੀ ਠੀਕ ਹੈ ਜੀ ਆਮ ਬੰਦੇ ਦਾ ਕਿਸੇ ਨੂੰ ਪ੍ਰੋਡਕਟ ਮੰਗਾ ਲੈਣ ਨੂੰ ਕਈ ਵਾਰ ਆਈ ਨਹੀਂ ਪਤਾ ਹੁੰਦਾ ਮੇਲ ਕਿਹਨੂੰ ਬਣੀ ਹੈ ਕਿਹਦੇ ਨਾਲ ਗੱਲ ਕਰਨੀ ਹੈ ਅਗਲਾ ਕਹਿੰਦਾ ਦਫਾ ਹੋਵੇ ਯਾਰ ਅੱਗੇ ਤੋਂ ਦੇਖ ਕੇ ਲੜਾਂਗੇ ਆਮ ਤੌਰ ਤੇ ਹੁੰਦਾ ਹੈ ਕੁਝ ਭਾਜੀ ਕਿੰਨੀ ਤਰੀਕ ਆਰਡਰ ਕੀਤਾ ਤੁਸੀਂ ਅਸੀਂ ਆਰਡਰ ਕੀਤਾ ਸੀ ਮੇਰੇ ਖਿਆਲ ਵਿੱਚ 6 ਜਾਂ 7 ਤਰੀਕ ਨੂੰ 10 ਤਰੀਕ ਦੀ ਡਿਲੀਵਰੀ ਸੀ ਜੀ ਕੀ ਆਰਡਰ ਕੀ ਕੀਤਾ ਸੀਗਾ ਮੋਬਾਈਲ ਕੀਤਾ ਸੀਗਾ ਜੀ ਕਿਹੜਾ Realme ਦਾ ਨਾਰ C35 ਜੀ ਠੀਕ ਹੈ ਜੀ C31 ਆ ਬਿੱਲ ਦੇ ਉੱਤੇ ਲਿਖਿਆ ਹੈ C31 ਹੈ ਹਾਂਜੀ C31 ਹਾਂਜੀ ਤੇ ਆ ਪਾਰਸਲ ਕਿੰਨੀ ਤਰੀਕ ਨੂੰ ਆਇਆ 10 ਤਰੀਕ ਨੂੰ ਜੀ ਮਤਲਬ 3 ਦਿਨ ਬਾਅਦ ਆਇਆ ਉਸ ਤੋਂ ਬਾਅਦ ਦੇਖੋ ਤੁਸੀਂ ਕਿ ਇੱਕ ਮੇਰਾ ਪਾਰਸਲ ਇਹਦੇ ਨਾਲ ਦਾ ਸੇਮ ਉਸੇ ਤਰੀਕ ਦਾ ਉੱਥੇ ਫੇਰ ਪਿਆ ਹੁਣ ਕੋਈ ਡਿਲੀਵਰੀ ਨਹੀਂ ਕਰਨਾ ਆਇਆ ਇਸੇ ਕਰਕੇ ਕਿ ਉਹਨਾਂ ਨੂੰ ਪਤਾ ਹੈ ਵੀ ਜੇ ਪਾਰਸਲ ਜਾਊਗਾ ਤਾਂ ਫੜ ਹੋ ਜਾਊਗੇ ਮਤਲਬ ਮੇਰਾ ਪਾਰਸਲ ਨਹੀਂ ਤਾਂ ਸੇਮ ਡੇ ਡਿਲੀਵਰੀ ਹੋਣੀ ਚਾਹੀਦੀ ਸੀ 11 ਤਰੀਕ ਦਾ ਹੱਬ ਦੇ ਵਿੱਚ ਹੀ ਪਿਆ ਉਹਨੂੰ ਕੋਈ ਚੱਕ ਕੇ ਫੜਾ ਨਹੀਂ ਆਇਆ ਇਹਦਾ ਜਿਵੇਂ ਪਛਾਣ ਲਿਆ ਵੀ ਉਹੀ ਬੰਦਾ ਆਇਆ ਮੈਨੂੰ ਫੜਾ ਲਿਆ ਮੈਂ ਕਿਹਾ ਭਰਾਵਾ ਤੁਸੀਂ ਹੋਰ ਵੀ ਸਾਰਿਆਂ ਨੂੰ ਲਾਈਨ ਕਰਦੇ ਹੋ ਇਹਦੇ ਪਾਰਸਲ ਸਾਰੇ ਉਰੇ ਪਏ ਨੇ ਇਹ ਮੇਰੇ ਕੋਲ ਉਦੋਂ ਦਾ ਹੀ ਆ ਮੁੰਡਾ ਜਿਹਨੇ ਮੇਰੇ ਨਾਲ ਮਤਲਬ ਕਿ ਇਹ ਜਿਹੜਾ ਮੈਨੂੰ ਡਿਲੀਵਰ ਕਰਕੇ ਗਿਆ ਸੀਗਾ ਮੈਂ ਕਿਹਾ ਆਪਦੇ ਸੀਨੀਅਰਸ ਨੂੰ ਬੁਲਾਓ ਮੇਰਾ ਹੱਲ ਕਰੋ ਫਿਰ ਮੈਂ ਤੁਹਾਨੂੰ ਜਾਣ ਦਊਂਗਾ ਠੀਕ ਹੈ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਗੁਰੂ ਕਬੀਰ ਜੀ 9872082491 Get X-Love back in your life. ਮੋਨੀ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਪਰੇਸ਼ਾਨੀ ਜਿਵੇਂ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ ਪਤੀ ਪਤਨੀ 'ਚ ਅਣਬਣ ਔਲਾਦ ਸੁੱਖ ਵਿਦੇਸ਼ ਯਾਤਰਾ ਪਿਆਰ 'ਚ ਰੁਕਾਵਟ ਖੋਇਆ ਪਿਆਰ ਵਾਪਸ ਪਾਉਣਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ ਪ੍ਰੇਮ ਵਿਆਹ 'ਚ ਦੇਰੀ ਤਲਾਕ ਕੇਸ ਜਾਂ ਜ਼ਮੀਨੀ ਝਗੜਾ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋ ਮੈਕਸ ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਇਟਸ ਮਾਈ ਪ੍ਰੋਮਿਸ